ਹਾਂਜੀ ਸਟੂਡੈਂਟਸ ਅੱਜ ਅਸੀਂ ਆਪਣੇ ਸਿਲੇਬਸ ਦੇ ਗ੍ਰਾਮਰ ਦੇ ਜੋ ਬੁੱਕ ਹੈ ਉਸ ਦਾ ਟਰਾਂਸਲੇਸ਼ਨ ਵਾਲਾ ਜੋ ਯੂਨਿਟ ਹੈ 18ਵਾਂ ਚੈਪਟਰ ਹੈ ਇਹ ਉਸ ਦੇ ਬਾਰੇ ਜਾਣਕਾਰੀ ਪ੍ਰਪਰ ਕਰਾਂਗੇ ਪਲੱਸ 1 ਤੇ ਪਲੱਸ 2 ਕਲਾਸ ਦੇ ਵਿੱਚ ਤੁਹਾਨੂੰ ਟਰਾਂਸਲੇਸ਼ਨ ਸੰਬੰਧੀ ਸੈਂਟੈਂਸਿਸ ਪੁੱਛੇ ਜਾਂਦੇ ਨੇ ਪੰਜਾਬੀ ਤੋਂ ਇੰਗਲਿਸ਼ ਟਰਾਂਸਲੇਸ਼ਨ ਕਰਦੇ ਹੋਏ ਸਾਨੂੰ ਕੁਝ ਸੈਂਟੈਂਸਿਸ ਸਾਡੇ ਐਗਜ਼ਾਮਸ ਦੇ ਵਿੱਚ ਪੁੱਛੇ ਜਾਂਦੇ ਨੇ ਜਿਨ੍ਹਾਂ ਦੇ ਬਾਰੇ ਅਸੀਂ ਅੱਜ ਅ ਪਤਾ ਲਗਾਵਾਗੇ ਕਿ ਅਸੀਂ ਕਿਸ ਤਰ੍ਹਾਂ ਸੌਖੇ ਤਰੀਕੇ ਨਾਲ ਇਹਨਾਂ ਨੂੰ ਕਵਰ ਕਰ ਸਕਦੇ ਹਾਂ ਤਾਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਟ੍ਰਾਂਸਲੇਸ਼ਨ ਦਾ ਜਿਹੜਾ ਆ ਕਨਸੈਪਟ ਹੈ ਉਸ ਸਮਝਣ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਹਿੰਦੀ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਜਿਹੜੇ ਸੈਂਟੈਂਸਿਸ ਨੇ ਉਹਨਾਂ ਦਾ ਜਿਹੜਾ ਸਟਰਕਚਰ ਹੈ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ ਕਿਉਂਕਿ ਇਹ ਦੋਨਾਂ ਦਾ ਸਟਰਕਚਰ ਜਾਂ ਬਣਾਵਟ ਸੇਮ ਨਹੀਂ ਹੁੰਦੀ ਜਿਸ ਤਰ੍ਹਾਂ ਕਿ ਤੁਸੀਂ ਇੱਕ ਐਗਜ਼ਾਮਪਲ ਦੇ ਸਾਬ ਨਾਲ ਸਮਝ ਸਕਦੇ ਹਾਂ ਕਿ ਪਹਿਲਾ ਇੱਕ ਸੈਂਟੈਂਸ ਦਿੱਤਾ ਹੋਇਆ ਮੈਂ ਇੱਕ ਕਿਤਾਬ ਪੜ੍ਹਦਾ ਹਾਂ ਤੇ ਉਸ ਨੂੰ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕੀਤਾ ਆਈ ਰੀਡ ਆ ਬੁੱਕ ਬੜਾ ਸਿੰਪਲ ਸੈਂਟੈਂਸ ਹੈ ਲੇਕਿਨ ਇਸ ਨੂੰ ਸਮਝਣ ਦੀ ਗੱਲ ਇਹ ਹੈ ਕਿ ਦੇਖੋ ਇਸ ਦੇ ਵਿੱਚ ਜਿਹੜਾ ਮੈਂ ਹੈ ਇਹ ਸਾਡਾ ਸਬਜੈਕਟ ਹੈ ਇਸੇ ਤਰ੍ਹਾਂ ਕਮ ਕਿਤਾਬ ਤੇ ਹੋ ਰਿਹਾ ਹੈ ਤਾਂ ਕਿਤਾਬ ਸਾਡਾ ਆਬਜੈਕਟ ਹੈ ਕਮ ਪੜਨਦਾ ਹੋ ਰਿਹਾ ਹੈ ਇਹ ਸਾਡੀ ਹੋਗੀ ਵਰਬ ਤਾਂ ਪੰਜਾਬੀ ਦੇ ਵਿੱਚ ਕੀ ਹੈ ਕਿ ਪਹਿਲਾਂ ਸਬਜੈਕਟ ਆਂਦਾ ਫਿਰ ਆਬਜੈਕਟ ਆਂਦਾ ਫਿਰ ਵਰਬ ਆਂਦੀ ਹੈ आ, मतलब ਆਪਾਂ ਇਸ ਨੂੰ ਸ਼ਾਰਟ ਫਾਰਮ ਚ ਐਵੇਂ ਲਿਖ ਸਕਦੇ ਹਾਂ ਕਿ S plus O plus V ਦਾ ਸਟਰਕਚਰ ਚੱਲਦਾ ਹੈ ਪੰਜਾਬੀ ਵਾਕ ਦੇ ਵਿੱਚ ਲੇਕਿਨ ਜਦੋਂ ਅਸੀਂ ਇੰਗਲਿਸ਼ ਦੇ ਵਿੱਚ ਦੇਖਦੇ ਹਾਂ ਤਾਂ ਅਸੀਂ ਕਹਾਂਗੇ ਆਈ ਰੀਡ ਅ ਬੁੱਕ ਹੁਣ ਆਈ ਇਹਦੇ ਵਿੱਚ ਸਾਡਾ ਸਬਜੈਕਟ ਹੋ ਗਿਆ ਵਰਬ ਸਾਡੀ ਕਿਉਂਕਿ ਕੰਮ ਜਿਹੜਾ ਹੈ ਪੜਨ ਦਾ ਹੋ ਰਿਹਾ ਹੈ ਉਹ ਰੀਡ ਹੈ ਤੇ ਕੰਮ ਬੁੱਕ ਦੇ ਉੱਪਰ ਹੋ ਰਿਹਾ ਹੈ ਉਹ ਸਾਡਾ ਆਬਜੈਕਟ ਹੋ ਗਿਆ ਤਾਂ ਹੁਣ ਤੁਸੀਂ ਜੇ ਦੇਖੋ ਤਾਂ ਇਹਦੇ ਵੀ ਜਿਹੜਾ ਸਟਰਕਚਰ ਹੈ ਥੋੜਾ ਚੇਂਜ ਹੋ ਗਿਆ ਸਬਜੈਕਟ ਤਾਂ ਠੀਕ ਹੈ ਪਹਿਲਾ ਪਹਿਲਾਂ ਵੰਗੂ ਪਹਿਲੇ ਨੰਬਰ ਤੇ ਹੀ ਆਇਆ ਹੈ ਲੇਕਿਨ ਵਰਬ ਵਿਚਕਾਰਾਗੀ ਆਬਜੈਕਟ ਪਿੱਛੇ ਚਲਾ ਗਿਆ ਤਾਂ ਜੇ ਤੁਸੀਂ ਇਹ ਨਾ ਦੋਨਾਂ ਸਟਰਕਚਰ ਨੂੰ ਪੰਜਾਬੀ ਤੇ ਇੰਗਲਿਸ਼ ਤੇ ਸਟਰਕਚਰ ਨੂੰ ਸਮਝੋ ਤਾਂ ਥੋੜਾ ਜਿਹਾ ਇਸਦੀ ਡਿਫਰੈਂਸ ਰਹਿੰਦਾ ਹੈ ਕਿ ਇਹਦੇ ਵਿੱਚ ਵਰਬ ਤੇ ਆਬਜੈਕਟ ਜਿਹੜੇ ਨੇ ਉਹਨਾਂ ਦੀ ਜਿਹੜੀ ਜਗ੍ਹਾ ਹੈ ਵਾਕ ਤੇ ਵਿੱਚ ਉਹ ਚੇਂਜ ਹੋ ਜਾਂਦੀ ਹੈ ਤਾਂ ਇਹ ਸਮਝਣ ਦੀ ਲੋੜ ਹੈ ਇਸ ਕਰਕੇ ਸਾਨੂੰ ਥੋੜੀ ਜੀ ਦਿੱਕਤ ਆਂਦੀ ਹੈ ਜਦੋਂ ਅਸੀਂ ਪੰਜਾਬੀ ਟੂ ਇੰਗਲਿਸ਼ ਦੇ ਵਿੱਚ ਟ੍ਰਾਂਸਲੇਸ਼ਨ ਕਰਦੇ ਆ ਕਿਉਂਕਿ ਸਟਰਕਚਰ ਵਾਈਜ਼ ਇਹਨਾਂ ਦੇ ਵਿੱਚ ਡਿਫਰੈਂਸ ਹੈ ਜਿਹੜਾ ਸਾਨੂੰ ਪਹਿਲਾ ਯੂਨਿਟ ਹੈ ਅ ਗ੍ਰਾਮਰ ਪਾਰਟ ਦੇ ਵਿੱਚ ਉਸ ਦੇ ਵਿੱਚ ਸਾਨੂੰ ਲਿੰਕਿੰਗ ਵਰਬਸ ਦਾ ਕਨਸੈਪਟ ਹੈ ਲਿੰਕਿੰਗ ਵਰਬਸ ਤੇ ਸਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਇਹ ਲਿੰਕਿੰਗ ਵਰਬਸ ਹੁੰਦੀਆਂ ਕਿਹਨੇ ਤਾਂ ਬੱਚਿਓ ਲਿੰਕਿੰਗ ਵਰਬਸ ਨੂੰ ਦੱਸਣ ਤੋਂ ਪਹਿਲਾਂ ਮੈਂ ਦੱਸਦਾ ਕਿ ਇਹਦੇ ਵਿੱਚ ਬੇਸਿਕਲੀ ਜਿਹੜੀਆਂ ਟਰੂ ਲਿੰਕਿੰਗ ਵਰਬਸ ਨੇ ਜੋ ਸਹੀ ਜਾਂ ਅਸਲ ਲਿੰਕਿੰਗ ਵਰਬਸ ਨੇ ਉਹ ਦਾ ਯੂਜ਼ ਆਫ ਬੀ ਹੈ ਤਬ ਵੀ ਤੁਹਾਨੂੰ ਪਤਾ ਹੈ ਇਸ ਐਮ ਆਰ ਨੂੰ ਇਕੱਠੇ ਤੌਰ ਤੇ ਜਾਂ ਵਾਸ ਵਰ ਨੂੰ ਇਕੱਠੇ ਤੌਰ ਤੇ ਵੀ ਕਹਿਤਾ ਜਾਂਦਾ ਹੈ ਤਾਂ ਇਹਦੇ ਵਿੱਚ ਇਸ ਐਮ ਆਰ ਤੇ ਵਾਸ ਵਰ ਇਹ ਜਿਹੜੀਆਂ ਸਾਰੀਆਂ ਵਰਬਸ ਦਾ ਜਿਹੜਾ ਗਰੁੱਪ ਹੈ ਅਸੀਂ ਉਸ ਨੂੰ ਦਾ ਬੀ ਗਰੁੱਪ ਦੇ ਵਿੱਚ ਇਨਕਲੂਡ ਕਰਦੇ ਹਾਂ ਤਾਂ ਇਹਦਾ ਮਤਲਬ ਇਹ ਹੋ ਗਿਆ ਕਿ ਇਸ ਐਮ ਆਰ ਵਾਸ ਵਰ ਇਹ ਜਿਹੜੀਆਂ ਪੰਜ ਵਰਬਸ ਹਨ ਯੂਨਿਟਸ ਨੇ ਇਹਨਾਂ ਸਾਰਿਆਂ ਨੂੰ ਅਸੀਂ ਲਿੰਕਿੰਗ ਵਰਬਸ ਕਹਿੰਦੇ ਹਾਂ ਤਾਂ ਲਿੰਕਿੰਗ ਵਰਬ ਦੀ ਮੈਂ ਤੁਹਾਨੂੰ ਐਗਜ਼ਾਮਪਲ ਦੱਸਤੀ ਪਰ ਲਿੰਕਿੰਗ ਵਰਬ ਹੁੰਦੀ ਕੀ ਹੈ ਲਿੰਕਿੰਗ ਵਰਬ ਇੱਕ ਤਰ੍ਹਾਂ ਦੀ ਮੇਨ ਵਰਬ ਜੋ ਵਾਕ ਦੇ ਵਿੱਚ ਆਉਂਦੀ ਹੈ ਪਰ ਉਹ ਵਰਬ ਕੀ ਕਰਦੀ ਹੈ ਸਬਜੈਕਟ ਨੂੰ ਬਾਕੀ ਦੇ ਵਰਡਸ ਦੇ ਨਾਲ ਸਿਰਫ ਲਿੰਕ ਕਰਨ ਦਾ ਕੰਮ ਕਰਦੀ ਹੈ ਤਾਂ ਬੱਚਿਓ ਜਿਹੜੀਆਂ ਵਰਬਸ ਹੁੰਦੀਆਂ ਨੇ ਬੇਸਿਕਲੀ ਇਹ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਮੈਂ ਤੁਹਾਨੂੰ ਇੱਥੇ ਲਿਖ ਕੇ ਸ਼ੋਅ ਕਰਦਾ ਅ ਵਰਬ ਸਾਡੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਇੱਕ ਤਾਂ ਹੁੰਦੀਆਂ ਨੇ ਜੋ ਮੈਂ ਤੁਹਾਨੂੰ ਦੱਸ ਰਿਹਾ ਜੋ ਸਾਡੇ ਅੱਜ ਵਾਲੀ ਯੂਨਿਟ ਚ ਨੇ ਉਹ ਨੇ ਲਿੰਕਿੰਗ ਵਰਬਸ ਤੇ ਦੂਸਰੀਆਂ ਹੁੰਦੀਆਂ ਬੱਚੋ ਐਕਸ਼ਨ ਵਰਬਸ ਇਹ ਇਹਨਾਂ ਦੋਨਾਂ ਦੇ ਵਿੱਚ ਥੋੜਾ ਜਿਹਾ ਡਿਫਰੈਂਸ ਹੁੰਦਾ ਮੈਂ ਦੱਸ ਦਿੰਨਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਲਿੰਕਿੰਗ ਵਰਬਸ ਦਾ ਕੰਮ ਹੈ ਕਿ ਉਹ ਵਾਕ ਦੇ ਵਿੱਚ ਮੇਨ ਵਰਬ ਦੇ ਤੌਰ ਤੇ ਆਉਂਦੀਆਂ ਨੇ ਪਰ ਉਹ ਵਾਕ ਦੇ ਸੈਂਟੈਂਸ ਨੂੰ ਬਾਕੀ ਦੇ ਵਰਡਸ ਦੇ ਨਾਲ ਸਿਰਫ ਤੇ ਸਿਰਫ ਲਿੰਕ ਕਰਦੀਆਂ ਨੇ ਹੋਰ ਕੁਝ ਨਹੀਂ ਕਰਦੀਆਂ ਐਕਸ਼ਨ ਵਰਬਸ ਦੇ ਵਿੱਚ ਸਾਨੂੰ ਉਹ ਵਰਬਸ ਆ ਜਾਂਦੀਆਂ ਨੇ ਜਿਦੇ ਵਿੱਚ ਇਹ ਐਕਸ਼ਨ ਵਰਬਸ ਵਾਕ ਚ ਮੇਨ ਵਰਬ ਦਾ ਕੰਮ ਤਾਂ ਕਰਦੀ ਹੀ ਨੇ ਲੇਕਿਨ ਇਹ ਸਾਨੂੰ ਇਹ ਵੀ ਦੱਸਦੀਆਂ ਨੇ ਕਿ ਵਾਕ ਦੇ ਵਿੱਚ ਕੋਈ ਉਹ ਜਿਹੜਾ ਸਬਜੈਕਟ ਹੈ ਕੋਈ ਐਕਸ਼ਨ ਕਰ ਰਿਹਾ ਉਹ ਸਿਰਫ ਲਿੰਕ ਨਹੀਂ ਕਰਦੀਆਂ ਉਹ ਐਕਸ਼ਨ ਦਾ ਵੀ ਦੱਸਦੀਆਂ ਨੇ ਕਿ ਉਹ ਐਕਸ਼ਨ ਕਰ ਰਿਹਾ ਹੈ ਸਬਜੈਕਟ ਕਿਸੇ ਆਬਜੈਕਟ ਦੇ ਉੱਪਰ ਐਕਸ਼ਨ ਕਰ ਰਿਹਾ ਹੈ ਜਾਂ ਕੋਈ ਕੰਮ ਕਰ ਰਿਹਾ ਹੈ ਤਾਂ ਐਕਸ਼ਨ ਵਰਬਸ ਜਿਹੜੀਆਂ ਨੇ ਬੱਚੇ ਹੋਏ ਆਪਾਂ ਅਗਲੇ ਜਿਹੜੇ ਸਾਡੇ ਲੈਸਨਸ ਆਣਗੇ ਉਹਦੇ ਵਿੱਚ ਮੈਂ ਤੁਹਾਨੂੰ ਡਿਟੇਲ ਸਮਝਾਉਂਗਾ ਲੇਕਿਨ ਕਿਉਂਕਿ ਅੱਜ ਦਾ ਸਾਡਾ ਜਿਹੜਾ ਟਾਪਿਕ ਹੈ ਲਿੰਕਿੰਗ ਵਰਬਸ ਦਾ ਹੈ ਤਾਂ ਮੈਂ ਤੁਹਾਨੂੰ ਲਿੰਕਿੰਗ ਵਰਬ ਦਾ ਦੇਖੋ ਪਹਿਲਾ ਸੈਂਟੈਂਸ ਦੱਸਦਾ ਜਿਵੇਂ ਕਿ ਤੁਹਾਨੂੰ ਅਫਰਮੇਟਿਵ ਸੈਂਟੈਂਸਸ ਦੇ ਵਿੱਚ ਜਿਹਨੂੰ ਅਸੀਂ ਹਾਂਵਾਚਕ ਵਾਕ ਕਹਿੰਦੇ ਆ ਇਹਦੇ ਵਿੱਚ ਪਹਿਲਾ ਸੈਂਟੈਂਸ ਹੈ ਉਹ ਮੇਰਾ ਮਿੱਤਰ ਹੈ ਹੁਣ ਸਾਨੂੰ ਪਤਾ ਹੈ ਕਿ ਇਹਦੇ ਵਿੱਚ ਜਿਹੜਾ ਉਹ ਹੈ ਉਹ ਸਾਡਾ ਸਬਜੈਕਟ ਹੈ ਹੀ ਉਸ ਤੋਂ ਬਾਅਦ ਹੈ ਕਿਉਂਕਿ ਪ੍ਰੈਜ਼ੈਂਟ ਟੈਂਸ ਅਸੀਂ ਹੀ ਦੇ ਨਾਲ ਸਾਨੂੰ ਪਤਾ ਹੈ ਅਸੀਂ ਥਰਡ ਕਲਾਸ ਕੋਈ ਪੜਦੇ ਆ ਰਹੇ ਆ ਕਿ ਸਿੰਗੂਲਰ ਸਬਜੈਕਟ ਦੇ ਨਾਲ ਇਜ਼ ਐਮ ਆਰ ਲੱਗਦੇ ਨੇ ਹੀ ਦੇ ਨਾਲ ਇਜ਼ ਲੱਗੇਗਾ ਸੀ ਇਜ਼ ਲਾਤਾ ਮੇਰਾ ਮਿੱਤਰ ਹੈ ਤਾਂ ਅਸੀਂ ਮਾਈ ਫਰੈਂਡ ਲਾਤਾ ਤਾਂ ਹੁਣ ਤੁਸੀਂ ਦੇਖੋ ਜਿਹੜੀ ਇੱਥੇ ਇਜ਼ ਹੈ ਇਹ ਸਾਡੀ ਲਿੰਕਿੰਗ ਵਰਬ ਹੈ ਮੇਨ ਵਰਬ ਦੇ ਤੌਰ ਤੇ ਆਈ ਹੈ ਲੇਕਿਨ ਇਸ ਨੇ ਸਬਜੈਕਟ ਹੀ ਨੂੰ ਮਾਈ ਫਰੈਂਡ ਇਸ ਵਾਲੇ ਵਰਡਸ ਦੇ ਨਾਲ ਲਿੰਕ ਕਰਤਾ ਇੱਥੇ ਕੋਈ ਇੱਥੇ ਕੋਈ ਕੰਮ ਨਹੀਂ ਹੋ ਰਿਹਾ ਇੱਥੇ ਕੋਈ ਐਕਸ਼ਨ ਨਹੀਂ ਹੋ ਰਿਹਾ ਉਹ ਸਿਰਫ ਹੀ ਦੇ ਬਾਰੇ ਦੱਸ ਰਹੀ ਹੈ ਕਿ ਉਹ ਜਿਹੜਾ ਬੰਦਾ ਹੈ ਉਹ ਮੇਰਾ ਫਰੈਂਡ ਹੈ ਸਿਰਫ ਦੱਸਿਆ ਜਾ ਰਿਹਾ ਹੈ ਲਿੰਕ ਕਰ ਰਹੀ ਹੈ ਬੇਸਿਕਲੀ ਜਿਹੜੀ ਲਿੰਕਿੰਗ ਵਰਬ ਹੈ ਇਹ ਦੋ ਕੰਮ ਕਰਦੀ ਹੈ ਇਹ ਯਾ ਤਾਂ ਸਬਜੈਕਟ ਨੂੰ ਬਾਕੀ ਦੇ ਵਰਡਸ ਦੇ ਨਾਲ ਰਿਲੇਟ ਕਰਦੀ ਹੈ ਜਾਂ ਉਸ ਦੀ ਕੰਡੀਸ਼ਨ ਬਾਰੇ ਦੱਸਦੀ ਹੈ ਇੱਥੇ ਉਸ ਨੇ ਰਿਲੇਸ਼ਨ ਦਾ ਕੰਮ ਦੱਸਿਆ ਹੈ ਰਿਲੇਟ ਕਰਿਆ ਕਿ ਹੀ ਇਜ਼ ਮਾਈ ਫਰੈਂਡ ਇਸੇ ਤਰ੍ਹਾਂ ਇੱਕ ਅਪਰ ਇਕ ਹੋਰ ਸੈਂਟੈਂਸ ਕਰਦੇ ਹਾਂ ਕਿ ਮੈਂ ਇੱਕ ਖਿਡਾਰੀ ਹਾਂ ਹੁਣ ਇੱਥੇ ਮੈਂ ਸਾਡਾ ਸਬਜੈਕਟ ਹੋ ਗਿਆ ਮੈਂ ਵੀ ਇੰਗਲਿਸ਼ ਆਈ ਹੋਗੀ ਕਿਉਂਕਿ ਪ੍ਰੈਜ਼ੈਂਟ ਟੈਂਸ ਹੈ ਤਾਂ ਆਏ ਦੇ ਨਾਲ ਐਮ ਲੱਗੇਗਾ ਆ ਪਲੇਅਰ ਇੱਥੇ ਆਈ ਐਮ ਆ ਪਲੇਅਰ ਹੁਣ ਇੱਥੇ ਐਮ ਫੇ ਸਾਡੀ ਲਿੰਕਿੰਗ ਵਰਬ ਹੈ ਲੇਕਿਨ ਉਸਨੇ ਸਬਜੈਕਟ ਆਈ ਨੂੰ ਰਿਲੇਟ ਕਰਤਾ ਪਲੇਅਰ ਦੇ ਨਾਲ ਕਿ ਉਸ ਦੀ ਕੰਡੀਸ਼ਨ ਦੱਸਦੀ ਕਿ ਉਹ ਇੱਕ ਪਲੇਅਰ ਹੈ ਉਸ ਦੀ ਮਤਲਬ ਅੱਜ ਦੀ ਸਟੇਟ ਆਫ ਜਿਹੜੀ ਦੱਸਦੀ ਹੈ ਉਸਨੇ ਕਿ ਉਹ ਇੱਕ ਪਲੇਅਰ ਹੈ ਤਾਂ ਕਹਿੰਦਾ ਭਾਵੇਂ ਹੋਏ ਆ ਬੱਚਿਓ ਕਿ ਜਿਹੜੀਆਂ ਲਿੰਕਿੰਗ ਵਰਬਸ ਨੇ ਇਹਨਾਂ ਦਾ ਕੰਮ ਸਿਰਫ ਤੇ ਸਿਰਫ ਵਾਕ ਦੇ ਸਬਜੈਕਟ ਨੂੰ ਬਾਕੀ ਦੇ ਵਰਡਸ ਦੇ ਨਾਲ ਲਿੰਕ ਕਰਨਾ ਹੈ ਦੱਸਣਾ ਹੈ ਕਿ ਉਹ ਸਬਜੈਕਟ ਹੈ ਕੀ ਹੈ ਉਸ ਦਾ ਰਿਲੇਸ਼ਨ ਕੀ ਹੈ ਜਾਂ ਉਸ ਦੀ ਸਟੇਟ ਕੀ ਹੈ ਅ ਇੱਥੇ ਬੱਚਿਓ ਮੈਂ ਇੱਕ ਗੱਲ ਹੋਰ ਤੁਹਾਨੂੰ ਕਹਿਣਾ ਚਾਹਾਂਗਾ ਕਿ ਕਈ ਬੱਚੇ ਇੱਥੇ ਕਨਫਿਊਜ਼ ਹੋ ਜਾਂਦੇ ਨੇ ਕਿ ਇੱਥੇ ਆ ਸਾਡਾ ਸਬਜੈਕਟ ਆ ਗਿਆ ਜੀ ਆ ਸਾਡੀ ਜਿਹੜੀ ਹੈ ਮੇਨ ਵਰਬ ਆ ਗਈ ਤੇ ਆ ਜਿਹੜੀ ਸਾਡੀ ਹੋ ਗਈ ਇਹ ਆਬਜੈਕਟ ਹੋ ਗਿਆ ਤਾਂ ਕਿਉਂਕਿ ਇਹ 3rd ਕਲਾਸ ਤੋਂ ਸਾਨੂੰ ਪੜਾਇਆ ਜਾਂਦਾ ਪਰ ਬੱਚਿਓ ਇਹ ਮੈਂ ਤੁਹਾਨੂੰ ਦੱਸਦਾ ਕਿ ਇੱਥੇ ਜਿਹੜਾ ਇਹ ਇਹ ਵਾਲੀ ਚੀਜ਼ ਮਾਈ ਫਰੈਂਡ ਸਾਡਾ ਆਬਜੈਕਟ ਨਹੀਂ ਹੈ ਇਸ ਨੂੰ ਅਸੀਂ ਕੰਪਲੀਮੈਂਟ ਕਹਿੰਦੇ ਆ ਇੱਥੇ ਸੀ ਦੇ ਨਾਲ ਅਸੀਂ ਇਸ ਨੂੰ ਦਿਖਾਵਾਂਗੇ ਜਿਵੇਂ ਕਿ ਤੁਹਾਨੂੰ ਆ ਚੀਜ਼ ਦੇ ਵਿੱਚ ਉੱਪਰ ਵੀ ਲਿਖਿਆ ਹੋਇਆ ਹੈ ਇਹ ਕੰਪਲੀਮੈਂਟ ਹੈ ਤਾਂ ਕੰਪਲੀਮੈਂਟ ਕਿੱਥੇ ਆਂਦਾ ਹੈ ਆਬਜੈਕਟ ਨਹੀਂ ਹੈ ਆਪਾਂ ਇਹ ਐਟ ਇਹਨੂੰ ਆਬਜੈਕਟ ਨਹੀਂ ਕਹਾਂਗੇ ਸੇਮ ਇਸੇ ਤਰ੍ਹਾਂ ਆਈ ਐਮ ਆ ਪਲੇਅਰ ਦੇ ਵਿੱਚ ਐਮ ਤੋਂ ਬਾਅਦ ਜਿਹੜੀ ਇਹ ਚੀਜ਼ ਹੈ ਇਹ ਆਬਜੈਕਟ ਨਹੀਂ ਹੈ ਇਹ ਕੀ ਹੈ ਕੰਪਲੀਮੈਂਟ ਹੈ ਕੰਪਲੀਮੈਂਟ ਦੇ ਆਬਜੈਕਟ ਕੀ ਫਰਕ ਹੈ ਜਿਹੜਾ ਆਬਜੈਕਟ ਹੈ ਇਹ ਐਕਸ਼ਨ ਵਰਬ ਦੇ ਵਿੱਚ ਆਂਦਾ ਹੈ ਕਿਉਂਕਿ ਕੰਮ ਹੋ ਰਿਹਾ ਹੈ ਕੰਮ ਕਿਸੇ ਆਬਜੈਕਟ 'ਤੇ ਹੋਏਗਾ ਨਾ ਤਾਂ ਉੱਥੇ ਐਕਸ਼ਨ ਵਰਬ ਦੇ ਵੀ ਸਾਨੂੰ ਆਬਜੈਕਟ ਦੀ ਜ਼ਰੂਰ ਪੈਂਦੀ ਹੈ ਲਿੰਕਿੰਗ ਵਰਬ ਦੇ ਵਿੱਚ ਆਬਜੈਕਟ ਨਹੀਂ ਆਂਦਾ ਲਿੰਕਿੰਗ ਵਰਬ ਦੇ ਵਿੱਚ ਕੰਪਲੀਮੈਂਟ ਆਂਦਾ ਹੈ ਕਿਉਂਕਿ ਲਿੰਕ ਕੰਪਲੀਮੈਂਟ ਦਾ ਮਤਲਬ ਹੁੰਦਾ ਬੱਚਿਓ ਪੰਜਾਬੀ 'ਚ ਪੂਰਕ ਇਨੇ ਵਾਕ ਨੂੰ ਪੂਰਾ ਕੀਤਾ ਜੇਕਰ ਮਾਈ ਫਰੈਂਡ ਨਾ ਹੁੰਦਾ ਵਾਕ ਪੂਰਾ ਨਾ ਹੁੰਦਾ ਤਾਂ ਇਹਨੇ ਹੀ ਨੂੰ ਵਰਬ ਦੇ ਨਾਲ ਜੋੜ ਕੇ ਵਾਕ ਨੂੰ ਪੂਰਾ ਕੀਤਾ ਤਾਂ ਆਹ ਵਾਲੇ ਸਾਰੇ ਜਿਹੜਾ ਆ ਏਰੀਆ ਹੈ ਆ ਪਲੇਅਰ ਜਾਂ ਮਾਈ ਫਰੈਂਡ ਅਸੀਂ ਇਸ ਨੂੰ ਪੂਰਕ ਕਹਾਂਗੇ ਤਾਂ ਇਸ ਨੂੰ ਅਸੀਂ ਕੰਪਲੀਮੈਂਟ ਕਹਾਂਗੇ ਕਿਉਂਕਿ ਆਬਜੈਕਟ ਨਹੀਂ ਹੈ ਇਹਨੇ ਵਾਕ ਨੂੰ ਪੂਰਾ ਕੀਤਾ ਉਹਦਾ ਲਿੰਕ ਪੂਰਾ ਕਰਤਾ ਇਸ ਕਰਕੇ ਅੱਜ ਵਾਲੇ ਸਾਰੇ ਸੈਂਟੈਂਸਿਸ ਦੇ ਵਿੱਚ ਅਸੀਂ ਇਹ ਕਹਾਂਗੇ ਕਿ ਜੋ ਵਰਬ ਤੋਂ ਬਾਅਦ ਵਰਡਸ ਆ ਰਹੇ ਨੇ ਉਸ ਨੂੰ ਅਸੀਂ ਕੰਪਲੀਮੈਂਟ ਕਹਿੰਦੇ ਆ ਇੱਕ ਗੱਲ ਹੋਰ ਇਸ ਨੂੰ ਅਸੀਂ ਕੰਪਲੀਮੈਂਟ ਦੇ ਨਾਂ ਨਾਲ ਲਿੰਕਿੰਗ ਵਰਬਸ ਦੇ ਵਿੱਚ ਅਸੀਂ ਇਹ ਕਹਿੰਦੇ ਹਾਂ ਕਿ ਇਹ ਸਬਜੈਕਟ ਕੰਪਲੀਮੈਂਟ ਹੈ ਸਬਜੈਕਟ ਕੰਪਲੀਮੈਂਟ ਕਹਾਗੇ ਕਿਉਂਕਿ ਇਸ ਨੇ ਸਬਜੈਕਟ ਨੂੰ ਅ ਅ ਮਤਲਬ ਪੂਰਾ ਕਰਤਾ ਇਸ ਲਿੰਕਿੰਗ ਵਰਬ ਨੇ ਇਸ ਸਬਜੈਕਟ ਕੰਪਲੀਮੈਂਟ ਦੇ ਨਾਲ ਜਿਹੜਾ ਮੇਨ ਸਬਜੈਕਟ ਸੀਗਾ ਉਸ ਨੂੰ ਪੂਰਾ ਕਰਤਾ ਇਸ ਕਰਕੇ ਅਸੀਂ ਇਸ ਨੂੰ ਸਬਜੈਕਟ ਕੰਪਲੀਮੈਂਟ ਕਹਾਗੇ ਕਿਉਂਕਿ ਸਬਜੈਕਟ ਦਾ ਹਿੱਸਾ ਹੈ ਇਹ ਸਬਜੈਕਟ ਦੀ ਆਤਾ ਹੈ ਸਟੇਟ ਹੈ ਜਾਂ ਸਬਜੈਕਟ ਦਾ ਇਹ ਕਿ ਉਸਦੇ ਰਿਲੇਸ਼ਨ ਹੈ ਤਾਂ ਅਸੀਂ ਇਸ ਨੂੰ ਸਬਜੈਕਟ ਕੰਪਲੀਮੈਂਟ ਦਾ ਨਾਮ ਦਵਾਂਗੇ ਬੇਸਿਕਲੀ ਕੰਪਲੀਮੈਂਟ ਹੈ ਲੇਕਿਨ ਪੂਰੀ ਤਰ੍ਹਾਂ ਜੈਸੀ ਸਮਝੀਏ ਤਾਂ ਇਸ ਨੂੰ ਅਸੀਂ ਸਬਜੈਕਟ ਕੰਪਲੀਮੈਂਟ ਕਹਾਂਗੇ ਤਾਂ ਮੈਂ ਇਥੇ ਇੱਕ ਹੋਰ ਚੀਜ਼ ਬੱਚੇ ਤੁਹਾਨੂੰ ਇਹ ਜ਼ਰੂਰ ਕਹਾਂਗਾ ਕਿ ਜਿਹੜੇ ਜਿੰਨੇ ਸਾਰੇ ਸੈਂਟੈਂਸ ਜਾਂਦੇ ਨੇ ਇਸ ਦੇ ਵਿੱਚ ਸਬਜੈਕਟ ਕੰਪਲੀਮੈਂਟ ਦੋ ਤਰ੍ਹਾਂ ਦੇ ਨੇ ਉਹ ਕਿਹੜੇ-ਕਿਹੜੇ ਨੇ ਜਾਂ ਤਾਂ ਇਹਦੇ ਵਿੱਚ ਐਡਜੈਕਟਿਵ ਆਣਗੇ ਜਿਹਨੂੰ ਅਸੀਂ ਪੰਜਾਬੀ ਵਿੱਚ ਵਿਸ਼ੇਸ਼ਣ ਕਹਿੰਦੇ ਆ ਜਾਂ ਤਾਂ ਇਹ ਸਬਜੈਕਟ ਕੰਪਲੀਮੈਂਟ ਐਡਜੈਕਟਿਵ ਹੋਏਗਾ ਜਾਂ ਇਹ ਸਾਡਾ ਹੋਏਗਾ ਨਾਉਨ ਤਾਂ ਆਵਲੇ ਹਿੱਸੇ ਦੇ ਵਿੱਚ ਮੇਨ ਵਰਬ ਤੋਂ ਬਾਅਦ ਜੋ ਆਵਲਾ ਹਿੱਸਾ ਹੈ ਇਹ ਇਹ ਸਾਡਾ ਸਬਜੈਕਟ ਕੰਪਲੀਮੈਂਟ ਹੋ ਗਿਆ ਇਹ ਜਾਂ ਤਾਂ ਦੇਖੋ ਇਹ ਐਡਜੈਕਟਿਵ ਹੋਏਗਾ ਜਾਂ ਸਾਡਾ ਨਾਉਨ ਹੋਏਗਾ ਇੱਕ ਵਰਡ ਹੈ ਤਾਂ ਅਸੀਂ ਉਸ ਨੂੰ ਐਜੈਕਟਿਵ ਕਹਿ ਦਾਂਗੇ ਜੇ ਬਹੁਤੇ ਵਰਡਸ ਨੇ ਐਜੈਕਟਿਵ ਫਰੇਜ਼ ਕਹਿ ਦਾਂਗੇ ਇਸੇ ਤਰ੍ਹਾਂ ਸੀ ਇਸ ਨੂੰ ਨਾਉਨ ਕਹਿ ਦਾਂਗੇ ਜਾਂ ਨਾਉਨ ਫਰੇਜ਼ ਕਹਿ ਦਾਂਗੇ ਤਾਂ ਸਬਜੈਕਟ ਕੰਪਲੀਮੈਂਟ ਲਿੰਕਿੰਗ ਵਰਬਸ ਦੇ ਵਿੱਚ ਦੋ ਤਰ੍ਹਾਂ ਦੇ ਹੁੰਦੇ ਨੇ ਜਾਂ ਤਾਂ ਉਹ ਵਿਸ਼ੇਸ਼ਣ ਹੁੰਦੇ ਨੇ ਜਾਂ ਨਾਉਨ ਹੁੰਦੇ ਨੇ ਤਾਂ ਇਸ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਆਪਾਂ ਅੱਗੇ ਸੈਂਟੈਂਸਸ ਕਰਾਂਗੇ ਵਰਚੇ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਣਗੇ ਤਾਂ ਬੱਚਿਓ ਸੀ ਪਹਿਲੇ ਸੈਂਟੈਂਸ ਤੋਂ ਸ਼ੁਰੂ ਕਰਦੇ ਹਾਂ ਜਿਵੇਂ ਇਹਦੇ ਵਿੱਚ ਕਿਹਾ ਕਿ ਹੀ ਇਜ਼ ਮਾਈ ਫਰੈਂਡ ਤਾਂ ਇਹਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ ਕਿ ਜਿਹੜਾ ਸਾਡਾ ਮਾਈ ਫਰੈਂਡ ਹੈ ਇਹ ਸਾਡਾ ਸਬਜੈਕਟ ਕੰਪਲੀਮੈਂਟ ਹੈ ਲੇਕਿਨ ਫਰੈਂਡ ਕਿਉਂਕਿ ਨਾਉਨ ਹੁੰਦਾ ਹੈ ਤਾਂ ਇੱਥੇ ਇਹ ਨਾਉਨ ਹੋ ਗਿਆ ਕਿ ਹੀ ਇਜ਼ ਮਾਈ ਫਰੈਂਡ ਜਿਹੜਾ ਮਾਈ ਫਰੈਂਡ ਵਾਲਾ ਇਸ ਤੇ ਸਬਜੈਕਟ ਕੰਪਲੀਮੈਂਟ ਹੈ ਉਹ ਨਾਉਨ ਫਰੇਜ਼ ਦੇ ਤੌਰ ਤੇ ਆਇਆ ਇਸੇ ਤਰ੍ਹਾਂ ਦੂਸਰੇ ਦੇ ਵਿੱਚ ਆਈ ਏਮ ਅ ਪਲੇਅਰ ਉਹਨਾਂ ਇੱਥੇ ਵੀ ਪਲੇਅਰ ਜੋ ਹੈ ਉਹ ਕਿ ਨਾਉਨ ਹੈ ਤੇ ਇੱਥੇ ਵੀ ਨਾਉਨ ਦੇ ਤੌਰ ਤੇ ਸਬਜੈਕਟ ਕੰਪਲੀਮੈਂਟ ਯੂਜ਼ ਹੋਇਆ ਹੈ ਇਸੇ ਤਰ੍ਹਾਂ ਸੀ ਅਗਲੇ ਸੈਂਟੈਂਸਸ ਚ ਦੇਖਦੇ ਹਾਂ ਜਿਹੜਾ ਸਾਡਾ ਤੀਸਰਾ ਸੈਂਟੈਂਸ ਹੈ ਕਿ ਤੁਸੀਂ ਠੀਕ ਹੋ ਲਓ ਤੁਹਾਨੂੰ ਪਤਾ ਹੈ ਕਿ ਤੁਸੀਂ ਸਾਡਾ ਇਹਦੇ ਚ ਸਬਜੈਕਟ ਆ ਗਿਆ ਉਹਦੀ ਇੰਗਲਿਸ਼ ਯੂ ਆ ਗਈ ਕਿਉਂਕਿ ਇੱਥੇ ਪ੍ਰੈਜ਼ੈਂਟ ਦੀ ਗੱਲ ਹੋ ਰਹੀ ਹੈ ਤਾਂ ਯੂ ਦੇ ਨਾਲ ਆਰ ਆ ਗਿਆ ਲੇਕਿਨ ਇੱਥੇ ਜਿਹੜਾ ਠੀਕ ਹੈ ਉਹ ਰਾਈਟ ਹੋ ਗਿਆ ਇਹ ਸਾਡਾ ਸਬਜੈਕਟ ਕੰਪਲੀਮੈਂਟ ਹੋ ਗਿਆ ਲੇਕਿਨ ਇੱਥੇ ਰਾਈਟ ਐਡਜੈਕਟ ਇੱਕ ਤਰ੍ਹਾਂ ਦਾ ਐਡਜੈਕਟਿਵ ਹੈ ਯੂ ਦਾ ਕਿਉਂਕਿ ਯੂ ਨੂੰ ਮੋਡੀਫਾਈ ਕਰ ਰਿਹਾ ਉਸ ਨੂੰ ਦੱਸ ਰਿਹਾ ਕਿ ਤੁਸੀਂ ਠੀਕ ਹੋ ਉਸ ਦੀ ਵਿਸ਼ੇਸ਼ਤਾ ਦੱਸ ਰਿਹਾ ਤਾਂ ਇੱਥੇ ਕੀ ਹੋ ਗਿਆ ਇਹ ਸਾਡਾ ਐਡਜੈਕਟਿਵ ਕੰਪ ਐਡਜੈਕਟਿਵ ਹੋ ਗਿਆ ਸਬਜੈਕਟ ਕੰਪਲੀਮੈਂਟ ਜੋ ਸਾਡਾ ਆਇਆ ਹੈ ਇਸੇ ਤਰ੍ਹਾਂ ਉਹ ਚਲਾਕ ਸਨ ਉਹਦੀ ਇੰਗਲਿਸ਼ ਸਾਡੀ ਦੇ ਆ ਗਈ ਸਨ ਪਾਸਟ ਟੈਂਸ ਹੈ ਤਾਂ ਦੇ ਬਹੁਤੇ ਵਚਨ ਹੈ ਅਸੀਂ ਉਹਦੇ ਨਾਲ ਵਰ ਲਾਤਾ ਲੇਕਿਨ ਚਲਾਕ ਹੋ ਗਈ ਕਲੇਵਰ ਉਹਨਾਂ ਤੇ ਇਹ ਜਿਹੜਾ ਕਲੇਵਰ ਹੈ ਇਹ ਸਾਡਾ ਕੀ ਹੋ ਗਿਆ ਆ ਸਬਜੈਕਟ ਕੰਪਲੀਮੈਂਟ ਜੋ ਕਿ ਐਜ਼ ਐਨ ਐਡਜੈਕਟਿਵ ਆਇਆ ਵਿਸ਼ੇਸ਼ਣ ਆਇਆ ਕਿਉਂਕਿ ਇਥੇ ਉਹਨਾਂ ਦੀ ਵਿਸ਼ੇਸ਼ਤਾ ਦੱਸੀ ਜਾ ਰਹੀ ਹੈ ਕਿ ਉਹ ਚਲਾਕ ਸੀਗੇ ਆ ਇਸੇ ਤਰ੍ਹਾਂ ਫਿਫਥ ਤੁਹਾਡਾ ਸੈਂਟੈਂਸ ਹੈ ਕਿ ਅਮਿਤ ਮੇਰਾ ਵਿਦਿਆਰਥੀ ਸੀ ਅਮਿਤ ਹੁਣ ਸਾਡਾ ਇਹਦੇ ਵਿੱਚ ਸਬਜੈਕਟ ਹੋ ਗਿਆ ਅਮਿਤ ਸੀ ਆ ਗਈ ਤਾਂ ਇਥੇ ਇੱਕ ਵਚਨ ਹੈ ਤਾਂ ਉਹਦੇ ਨਾਲ ਸੀ ਵਾਸ ਲਾਤਾ ਮੇਰਾ ਵਿਦਿਆਰਥੀ ਮਾਈ ਸਟੂਡੈਂਟ ਸਟੂਡੈਂਟ ਤੁਹਾਨੂੰ ਪਤਾ ਬੱਚੋ ਨਾਉਨ ਹੁੰਦਾ ਤਾਂ ਮਾਈ ਸਟੂਡੈਂਟ ਨਾਉਨ ਫਰੇਜ਼ ਆ ਗਿਆ ਤੇ ਇਹਦੇ ਵਿੱਚ ਜਿਹੜਾ ਸਾਡਾ ਸਬਜੈਕਟ ਕੰਪਲੀਮੈਂਟ ਹੈ ਉਹ ਸਾਡਾ ਮਾਈ ਸਟੂਡੈਂਟ ਆ ਗਿਆ ਅਮਿਤ ਵਾਸ ਮਾਈ ਸਟੂਡੈਂਟ ਅ ਇੱਥੇ ਬੱਚੇ ਇੱਕ ਮਤਨ ਹੋਰ ਗੱਲ ਕਹਿਣੀ ਚਾਹਾਂਗਾ ਕਿ ਸਬਜੈਕਟ ਕੰਪਲੀਮੈਂਟ ਦੇ ਵਿੱਚ ਕਦੇ ਵੀ ਐਡਵਰਬ ਨਹੀਂ ਆਂਦੀ ਲਿੰਕਿੰਗ ਵਰਬਸ ਦੇ ਵਿੱਚ ਅਸੀਂ ਐਡਵਰਬ ਯੂਜ਼ ਨਹੀਂ ਕਰਦੇ ਕਈ ਬੱਚੇ ਇੱਥੇ ਗਲਤੀ ਕਰ ਜਾਂਦੇ ਨੇ ਜਿਵੇਂ ਤੀਸਰਾ ਸੈਂਟੈਂਸ ਅਸੀਂ ਕਰੀਏ ਜੇਕਰ ਤਾਂ ਉਹਦੇ ਚੋ ਕਹਿ ਦਿੰਦੇ ਨੇ ਕਿ ਯੂ ਆਰ ਰਾਈਟ ਜਾਂ ਯੂ ਆਰ ਜੇ ਸਪੋਜ਼ ਕਰੋ ਇੱਥੇ ਅਸੀਂ ਰਾਈਟ ਦੀ ਥਾਂ ਤੇ ਰਾਈਟਲੀ ਪਾ ਦਈਏ ਯੂ ਆਰ ਰਾਈਟਲੀ ਇਹ ਗਲਤ ਹੋ ਜਾਏਗਾ ਬਿਕੋਜ਼ ਜਿਹੜੀ ਰਾਈਟਲੀ ਹੈ ਇਹ ਸਾਡਾ ਐਡਵਰਬ ਹੁੰਦੀ ਹੈ ਤੁਹਾਨੂੰ ਪਤਾ ਹੈ ਇਹ ਕਿਰਿਆ ਵਿਸ਼ੇਸ਼ਣ ਹੁੰਦੀ ਹੈ ਤਾਂ ਅਸੀਂ ਇੱਥੇ ਐਡਵਰਬ ਹੀ ਐਡਵਰਬ ਫਰੇਜ਼ ਨਹੀਂ ਯੂਜ਼ ਕਰ ਸਕਦੇ ਲਿੰਕਿੰਗ ਵਰਬ ਦੇ ਵਿੱਚ ਅਸੀਂ ਜਾਂ ਤਾਂ ਸਿਰਫ ਐਡਜੈਕਟਿਵ ਯੂਜ਼ ਕਰਾਂਗੇ ਜਾਂ ਨਾਉਨ ਯੂਜ਼ ਕਰਾਂਗੇ ਅਸੀਂ ਅਸੀਂ ਐਲ ਆਈ ਨਹੀਂ ਯੂਜ਼ ਕਰ ਸਕਦੇ ਤਾਂ ਇਹ ਧਿਆਨ ਚ ਰੱਖਣ ਵਾਲੀ ਗੱਲ ਹੈ 네ਗੇਟਿਵ ਸੈਂਟੈਂਸਸ ਦੇ ਵਿੱਚ ਜਿਵੇਂ ਉਹ ਲੇਖਕ ਨਹੀਂ ਹੈ ਉਹ ਦੀ ਇੰਗਲਿਸ਼ ਸਾਡੀ ਹੀ ਆ ਗਈ ਹੈ ਤਾਂ ਇਸ ਆ ਗਿਆ ਬਿਕੋਜ਼ 네ਗੇਟਿਵ ਸੈਂਟੈਂਸ ਹੈ ਤਾਂ ਅਸੀਂ ਇਸ ਦੇ ਨਾਲ ਨਾਟ ਲਾਤਾ ਆ ਰਾਈਟਰ ਆ ਰਾਈਟਰ ਆ ਗਿਆ ਹੁਣ ਇੱਥੇ ਸਾਡਾ ਸਬਜੈਕਟ ਕੰਪਲੀਮੈਂਟ ਕੀ ਆ ਗਿਆ ਨਾਉਨ ਆ ਗਿਆ ਇਹ ਨਾਉਨ ਆ ਗਿਆ ਸਬਜੈਕਟ ਕੰਪਲੀਮੈਂਟ ਦੇ ਤੌਰ ਤੇ ਸਾਨੂੰ ਜਲਦੀ ਨਹੀਂ ਹੈ ਸਾਨੂੰ ਦੀ ਇੰਗਲਿਸ਼ ਵੀ ਆ ਗਈ ਵੀ ਆਰ ਨਾਟ ਹੈ ਪ੍ਰੈਜ਼ੈਂਟ ਟੈਂਸ ਹੈ ਇਨ ਅ ਹਰੀ ਇਹ ਕੱਠਾ ਫਰੇਜ਼ ਆਂਦਾ ਬੱਚਿਓ ਇਨਾਹਰੀ ਤਾਂ ਸਾਡਾ ਇਹ ਸਾਡਾ ਇਨਾਹਰੀ ਜਿਹੜੀ ਹੈਗੀ ਇੱਕ ਤਰ੍ਹਾਂ ਦੀ ਮੋਡੀਫਾਈ ਆ ਗਿਆ ਉਹਦੇ ਵਿੱਚ ਤਾਂ ਅਸੀਂ ਇਸ ਤਰ੍ਹਾਂ ਅਸੀਂ ਇਸ ਨੂੰ ਕਰ ਸਕਦੇ ਆ ਕਿ ਸਾਡਾ ਸਬਜੈਕਟ ਕੰਪਲੀਮੈਂਟ ਆ ਗਿਆ ਮੈਂ ਨੇਤਾ ਨਹੀਂ ਹਾਂ ਆਈ ਐਮ ਨਾਟ ਅ ਲੀਡਰ ਮੈਦੀ ਇੰਗਲਿਸ਼ ਆਈ ਆ ਦੇ ਨਾਲ ਐਮ ਲੱਗੇਗਾ ਬਿਕੋਜ਼ ਪ੍ਰੈਜ਼ੈਂਟ ਟੈਂਸ ਹੈ 네ਗੇਟਿਵ ਹੈ ਤਾਂ ਨਾਟ ਲੱਗੇਗਾ ਆ ਲੀਡਰ ਨਾਉਨ ਆ ਗਿਆ ਤੇ ਸਾਡਾ ਸਬਜੈਕਟ ਕੰਪਲੀਮੈਂਟ ਹੋ ਗਿਆ ਮੈਂ ਬੇਈਮਾਨ ਨਹੀਂ ਸੀ ਆ ਮੈਦੀ ਇੰਗਲਿਸ਼ ਆਈ ਬੇ आए फिर उसका पास्ट है तो वॉज नॉट क्योंकि नैगेटिव है डिसोनैसट डिसोनैसट इतने हूँ बेईमान हो गया तो यह साडा सबजैक्ट कॉम्पलीमेंट आ गया बच्चे दुखी नहीं सन चिल्ड्रन बच्चे आ गए ज्यादा बच्चे ने सन है तो असं वर लावे नॉट नैगेटिव करके लावे अनहैप्पी उन्हों विशेषता होगी कि वह हो, खुश नहीं ने तो इस करके असं इतने अनहैपी अनहैप्पी लावे ये साडा सबजैक्टिव कॉम्पलीमेंट हो गया जो एक तरह न है ਤਾਂ ਇਹਨਾਂ ਸਾਰਿਆਂ ਦੇ ਵਿੱਚ ਬੱਚਿਓ ਜਿੱਥੇ ਮੈਂ ਗੋਲ ਚੱਕਰ ਲਾਇਆ ਨਹੀਂ ਦੀਜ਼ ਆਰ ਆਲ ਕੰਪਲੀਮੈਂਟਸ ਇਹਨਾਂ ਦੇ ਵਿੱਚ ਕੋਈ ਵੀ ਆਬਜੈਕਟ ਨਹੀਂ ਹੈ ਦੀਜ਼ ਆਰ ਆਲ ਕੰਪਲੀਮੈਂਟਸ ਇਹ ਸਾਰੇ ਪੂਰਕ ਨੇ ਇਹ ਸਾਰੇ ਕੰਪਲੀਮੈਂਟ ਨੇ ਆਬਜੈਕਟ ਕੋਈ ਨਹੀਂ ਬਿਕੋਜ਼ ਕਿਸੇ ਵੀ ਸੈਂਟੈਂਸ ਦੇ ਵਿੱਚ ਕੋਈ ਕੰਮ ਨਹੀਂ ਹੋ ਰਿਹਾ ਸਿਰਫ ਦੱਸਿਆ ਜਾ ਰਿਹਾ ਉਹ ਲੇਖਕ ਨਹੀਂ ਹੈ ਦੱਸਿਆ ਗਿਆ ਸਾਨੂੰ ਜਲਦੀ ਨਹੀਂ ਹੈ ਸਾਡੀ ਸਟੇਟ ਦੱਸੀ ਗਈ ਹੈ ਮੈਂ ਨੇਤਾ ਨਹੀਂ ਹਾਂ ਦੱਸਿਆ ਗਿਆ ਕੋਈ ਵੀ ਕੰਮ ਨਹੀਂ ਹੋ ਰਿਹਾ ਬੱਚੇ ਦੁਖੀ ਨਹੀਂ ਸਨ ਹੁਣ ਇਥੇ ਕੋਈ ਕੰਮ ਨਹੀਂ ਕਰ ਰਿਹਾ ਜਸਟ ਉਹਨਾਂ ਦੀ ਇੱਕ ਫੀਲਿੰਗ ਦੱਸੀ ਜਾ ਰਹੀ ਹੈ ਕਿ ਬੱਚੇ ਦੁਖੀ ਨਹੀਂ ਸੰ ਤਾਂ ਥੀਸ ਆਰ ਆਲ ਲਿੰਕਿੰਗ ਵਰਬਸ ਇਹਦੇ ਵਿੱਚ ਕੋਈ ਵੀ ਐਕਸ਼ਨ ਵਰਬ ਨਹੀਂ ਆਈ ਤਾਂ ਜਦੋਂ ਐਕਸ਼ਨ ਵਰਬ ਨਹੀਂ ਆਈ ਤਾਂ ਆਬਜੈਕਟ ਨਹੀਂ ਆਇਆ ਕਿਉਂਕਿ ਸਾਰਿਆਂ ਚ ਲਿੰਕਿੰਗ ਵਰਬ ਆਈ ਹੈ ਤਾਂ ਕੰਪਲੀਮੈਂਟ ਆਇਆ ਇਨਟਰੋਕਟਿਵ ਸੈਂਟੈਂਸਸ ਦੇ ਵਿੱਚ ਪ੍ਰਸ਼ਨਵਾਚਕ ਵਾਕਾਂ ਦੇ ਵਿੱਚ ਤੁਹਾਨੂੰ ਪਤਾ ਹੈ ਜਿਹੜੀ ਸਾਡੀ ਮੇਨ ਵਰਬ ਹੁੰਦੀ ਹੈ ਉਹ ਸਬਜੈਕਟ ਦੇ ਅੱਗੇ ਆ ਜਾਂਦੀ ਹੈ ਪਿੱਛੇ ਕੁਐਸਚਨ ਮਾਰਕ ਪੈ ਜਾਂਦਾ ਹੁਣ ਜਿਵੇਂ ਸਾਡਾ ਪਹਿਲਾ ਸੈਂਟੈਂਸ ਹੈ ਕੀ ਉਹ ਤੁਹਾਡਾ ਮਿੱਤਰ ਹੈ ਹੈ ਪ੍ਰੈਜ਼ੈਂਟ ਟੈਂਸ ਹੈ ਅਸੀਂ ਪਹਿਲਾਂ ਇਜ਼ ਲਾਤਾ ਸਬ your friend ਤੁਹਾਡਾ ਮਿੱਤਰ ਪਿੱਛੇ ਆ ਗਿਆ ਅਤੇ ਐਂਡ ਦੇ ਵਿੱਚ ਅਸੀਂ ਕੁਐਸਚਨ ਮਾਰਕ ਲਾਤਾ ਹੁਣ ਇਹਦੇ ਵਿੱਚ ਲਿੰਕਿੰਗ ਵਰਬ ਸਾਡੀ ਇਜ਼ ਹੋਗੀ ਹੀ ਸਾਡਾ ਸਬਜੈਕਟ ਹੋ ਗਿਆ your friend ਸਬਜੈਕਟ ਕੰਪਲੀਮੈਂਟ ਹੋ ਗਿਆ ਜੋ ਨਾਉਨ ਦੇ ਤੌਰ ਤੇ ਆਇਆ ਹੈ ਕੀ ਸ਼ਮਾ ਕੰਜੂਸ ਹੈ ਕੀ ਹੈ ਇਸ ਕਰਕੇ ਹੈ ਦੇ ਕਰਕੇ ਇਜ਼ ਆ ਗਿਆ ਸ਼ਮਾ ਸਾਡਾ ਸਬਜੈਕਟ ਹੋ ਗਿਆ ਕੰਜੂਸ ਇੰਗਲਿਸ਼ ਹੁੰਦੀ ਹੈ ਮਾਈਜ਼ਰ ਤਾਂ ਆ ਮਾਈਜ਼ਰ ਅਸੀਂ ਪਿੱਛੇ ਲਾ ਲਾਤਾ ਇਹ ਸਾਡਾ ਕੀ ਹੋ ਗਿਆ ਸਾਡਾ ਸਬਜੈਕਟ ਕੰਪਲੀਮੈਂਟ ਹੋ ਗਿਆ ਜੋ ਕਿ एक एडजेक्टिव है तो ये लगाता है इतने की मनजीत ईमानदार है फिर है आ गया इस करके इज आ गया सबजैक्ट साड़ा मनजीत है ओनेस्ट साजैक्टिव आ गया एबजेक्टिव जो सबजैक्ट कॉम्प्लीमेंट है कि ती सही सी वर यू राइट कंप्लीट है जी सीधे करके वर दैन यू दैन राइट की लड़के खुश सन वर द बॉयज हैपी ਤਾਂ ਇੱਥੇ ਜਿਹੜਾ ਹੈਪੀ ਹੈ ਉਹਨਾਂ ਦਾ ਵੌਇਸ ਨੂੰ ਮੋਡੀਫਾਈ ਕਰ ਰਿਹਾ ਉਹਨਾਂ ਦੀ ਵਿਸ਼ੇਸ਼ਤਾ ਦੱਸ ਰਿਹਾ ਤਾਂ ਇਹ ਸਾਡਾ ਸਬਜੈਕਟ ਕੰਪਲੀਮੈਂਟ ਐਜ਼ ਐਨ ਐਡਜੈਕਟਿਵ ਹੋ ਗਿਆ ਬੱਚਿਓ ਮੈਂ ਜਿਹ ਜੋ ਤੁਹਾਨੂੰ ਲਿੰਕਿੰਗ ਵਰਬ ਦੇ ਕਨਸੈਪਟ ਦੇ ਵਿੱਚ ਤੁਹਾਨੂੰ ਸਮਝਾਉਣਾ ਚਾਹੁੰਦਾ ਹਾਂ ਤੁਹਾਡੇ ਇੱਕ ਦੋ ਡਾਊਟਸ ਜੋ ਕਲੀਅਰ ਮੇਰੀ ਕੋਸ਼ਿਸ਼ ਹੈ ਕਿ ਹੋ ਜਾਣ ਉਹ ਇਹ ਹੈ ਕਿ ਲਿੰਕਿੰਗ ਵਰਬ ਦੇ ਵਿੱਚ ਅਸੀਂ ਕੰਪਲੀਮੈਂਟ ਯੂਜ਼ ਕਰਦੇ ਹਾਂ ਅਸੀਂ ਆਬਜੈਕਟ ਯੂਜ਼ ਨਹੀਂ ਕਰਦੇ ਤਾਂ ਤੁਹਾਨੂੰ ਕੰਪਲੀਮੈਂਟ ਆਬਜੈਕਟ ਦੇ ਵਿੱਚ ਪਤਾ ਹੋਣਾ ਚਾਹੀਦਾ ਹੈ ਤੇ ਲਿੰਕਿੰਗ ਵਰਬ ਤੇ ਐਕਸ਼ਨ ਵਰਬ ਦੇ ਵਿੱਚ ਪਤਾ ਹੋਣਾ ਚਾਹੀਦਾ ਇਸ ਤੋਂ ਬਾਅਦ ਸਾਡੀ ਐਕਸਰਸਾਈਜ਼ ਫॉर ਪ੍ਰੈਕਟਿਸ ਹੈ ਅਸੀਂ ਇਹ ਵੀ ਸੈਂਟੈਂਸਿਸ ਕਰਕੇ ਦੇਖਦੇ ਆ ਹਾਂਜੀ ਸਟੂਡੈਂਟਸ ਐਕਸਰਸਾਈਜ਼ ਫੋਰ ਪ੍ਰੈਕਟਿਸ ਦਾ ਪਹਿਲਾ ਸੈਂਟੈਂਸ ਹੈ ਜੋ ਸਾਨੂੰ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕਰਨਾ ਹੈ ਕਿ ਉਹ ਭੁੱਖਾ ਹੈ ਬੜਾ ਹੀ ਸਿੰਪਲ ਹੈ ਉਹਦੀ ਇੰਗਲਿਸ਼ ਕਿਉਂਕਿ ਲੜਕੇ ਦੀ ਗੱਲ ਹੋ ਰਹੀ ਹੈ ਤਾਂ ਅਸੀਂ ਲਿਖਾਂਗੇ ਹੀ ਤਾਂ ਹੈ ਪ੍ਰੈਜ਼ੈਂਟ ਟੈਂਸ ਹੈ ਅਸੀਂ ਇਸ ਲਾਵਾਂਗੇ ਭੁੱਖਾ ਹੰਗਰੀ ਹੁੰਦਾ ਜੀ ਤਾਂ ਇਹ ਹੰਗਰੀ ਆਪਾਂ ਪਾ ਦਾਂਗੇ ਹੀ ਇਜ਼ ਹੰਗਰੀ ਹੁਣ ਤੁਸੀਂ ਇੱਥੇ ਦੇਖੋ ਕਿ ਹੀ ਇਜ਼ ਦਾ ਸਬਜੈਕਟ ਹੋ ਗਿਆ ਇਜ਼ ਉਹਦੀ ਲਿੰਕਿੰਗ ਵਰਬ ਹੋਗੀ ਹੰਗਰੀ ਉਸ ਦਾ ਐਡਜੈਕਟਿਵ ਹੋ ਗਿਆ ਕਿਉਂਕਿ ਉਸ ਦੀ ਵਿਸ਼ੇਸ਼ਤਾ ਦੱਸੀ ਜਾ ਰਹੀ ਹੈ ਕਿ ਉਹ ਭੁੱਖਾ ਹੈ ਤਾਂ ਇਹ ਸਾਡਾ ਜਿਹੜਾ ਇੱਥੇ ਸਬਜੈਕਟ ਕੰਪਲੀਮੈਂਟ ਹੈ ਉਹ ਇੱਥੇ ਹੰਗਰੀ ਆਇਆ। ਇਮਾਨਦਾਰੀ ਸਭ ਤੋਂ ਉੱਤਮ ਨੀਤੀ ਹੈ। ਇਹ ਜਿਹੜਾ ਵਾਕ ਹੈ ਤੁਹਾਡੇ ਆਮ ਸਕੂਲਾਂ ਦੇ ਵਿੱਚ ਵੀ ਦੀਵਾਰਾਂ ਤੇ ਲਿਖਿਆ ਹੁੰਦਾ ਹੈ। ਇੰਗਲਿਸ਼ ਵਿੱਚ ਲਿਖਿਆ ਹੁੰਦਾ ਹੈ। ਇਮਾਨਦਾਰੀ ਦੀ ਇੰਗਲਿਸ਼ ਹੁੰਦੀ ਹੈ ਜੀ ਓਨੈਸਟੀ। ਤਾਂ ਅਸੀਂ ਓਨੈਸਟੀ ਪਾਤੀ। ਕਿਉਂਕਿ ਹੈ ਤਾਂ ਪ੍ਰੈਜ਼ੈਂਟ ਟੈਂਸ ਦੇ ਹਿਸਾਬ ਨਾਲ ਹੈ ਇਜ਼ ਸਭ ਤੋਂ ਉੱਤਮ ਕਿਉਂਕਿ ਇੱਥੇ ਸਭ ਤੋਂ ਕਿਹਾ ਗਿਆ ਹੈ ਤਾਂ ਅਸੀਂ 3rd ਡਿਗਰੀ ਲਗਾਵਾਂਗੇ। ਤੇ 3° ਤੋਂ ਪਹਿਲਾਂ ਦਾ ਲਗਾਤਾ ਹੀ ਇਸ ਦਾ ਔਨੈਸਟੀ ਇਜ਼ ਦਾ ਬੈਸਟ ਪਾਲਿਸੀ ਨੀਤੀ ਦੀ ਇੰਗਲਿਸ਼ ਉਹ ਦਿਆਜੀ ਪਾਲਿਸੀ ਤੀਸਰਾ ਸੈਂਟੈਂਸ ਹੈ ਮੈਂ ਕਵੀ ਹਾਂ ਤਾਂ ਮੈਂ ਦੀ ਗੱਲ ਹੋ ਰਹੀ ਹੈ ਤਾਂ ਆਈ ਹਾਂ ਆਈ ਦੇ ਨਾਲ ਐਮ ਆ ਗਿਆ ਆਈ ਐਮ ਆ ਪੋਇਟ ਤਾਂ ਤਿੰਨਾਂ ਦੇ ਵਿੱਚ ਲਿੰਕਿੰਗ ਵਰਬ ਯੂਜ਼ ਹੋਈ ਹੈ ਤਿੰਨਾਂ ਦੇ ਵਿੱਚ ਕੰਪਲੀਮੈਂਟ ਯੂਜ਼ ਹੋਇਆ ਇੱਥੇ ਆ ਪੋਇਟ ਜਿਹੜਾ ਹੈ ਨਾਉਨ ਹੈ ਅ ਮ ਸਬਜੈਕਟ ਕੰਪਲੀਮੈਂਟ ਐਜ਼ ਅ ਨਾਉਨ ਯੂਜ਼ ਹੋਇਆ ਸਾਨੂੰ ਰੋ ਸੈਰ ਕਰਨੀ ਚਾਹੀਦੀ ਹੈ ਇਹ ਵਾਕ ਥੋੜਾ ਜਿਹਾ ਇਸ ਐਕਸਰਸਾਈਜ਼ ਡਿਫਰੈਂਟ ਹੈ ਬਿਕੋਜ਼ ਇੱਥੇ ਸਾਨੂੰ ਨਸੀਹਤ ਦਿੱਤੀ ਜਾ ਰਹੀ ਹੈ ਤੇ ਸਾਨੂੰ ਪਤਾ ਹੈ ਵੀ ਜਦੋਂ ਵੀ ਸਾਨੂੰ ਕਦੇ ਕੋਈ ਨਸੀਹਤ ਦਿੱਤੀ ਜਾਂਦੀ ਹੈ ਤਾਂ ਬੱਚਿਓ ਉੱਥੇ ਅਸੀਂ ਇੱਕ ਮਾਡਲ ਵਰਬ ਹੈ ਸ਼ੁੱਡ ਉਹ ਯੂਜ਼ ਕਰਦੇ ਹਾਂ ਤਾਂ ਅਸੀਂ ਇੱਥੇ ਉਹ ਯੂਜ਼ ਕਰਾਂਗੇ ਤਾਂ ਸਾਨੂੰ ਦੀ ਇੰਗਲਿਸ਼ ਆ ਗਈ ਵੀ ਵੀ ਸ਼ੁੱਡ ਸੈਰ ਕਰਨਾ ਹੁੰਦਾ ਜੀ ਗੋ ਫੋਰ ਅ ਵਾਕ ठीक है जी तो वी शुड गो फॉर अ वॉक रोज़ तासी डेली पावांगे वी शुड गो फॉर अ वॉक डेली इत मैं थोड़ा जा बच्चों समझाना चाहगा कि इतने जी मेन वर्ब है वह बेसिकली गो है तो शुड उस दी, आ, हेल्पिंग वर्ब है आ, लेकिन जी गो मेन वर्ब है ये बेसिकली कम हो रहा है जे इत असी चौथे सेंटेंस ਦੇ ਵਿੱਚ ਦੇਖੀਏ ਤਾਂ ਇੱਥੇ ਜਿਹੜੀ ਗੋ ਹੈ ਇੱਕ ਤਰ੍ਹਾਂ ਨਾਲ ਕੋਈ ਕਿਉਂਕਿ ਤੁਸੀਂ ਜਾਓਗੇ ਤਾਂ ਕੰਮ ਤਾਂ ਹੋਏਗਾ ਨਾ ਜਦ ਤੁਸੀਂ ਸੈਰ ਕਰੋਗੇ ਕੰਮ ਹੋਏਗਾ ਇਹਦਾ ਮਤਲਬ ਇਹ ਹੋ ਗਿਆ ਕਿ ਇਹ ਇੱਕ ਤਰ੍ਹਾਂ ਨਾਲ ਐਕਸ਼ਨ ਵਰਬ ਹੋਗੀ ਇਹ ਇੱਥੇ ਤੁਸੀਂ ਦੇਖੋ ਇਸ ਐਮ ਆਰ ਵਾਸ ਵਰ ਨਹੀਂ ਆਇਆ ਇੱਥੇ ਮੇਨ ਵਰਬ ਗੋ ਆਈ ਹੈ ਤਾਂ ਇਹ ਇੱਥੇ ਐਕਚੁਅਲੀ ਲਿੰਕਿੰਗ ਵਰਬ ਨਹੀਂ ਹੈ ਇੱਥੇ ਇਹ ਐਕਸ਼ਨ ਵਰਬ ਹੈ ਲੇਕਿਨ Uh, इस सेंटेंस नीं इस एक्सरसाइज इसलिए इनकलूड कर सकते हैं क्योंकि यह एक्शन वर्ब दे होंगे हुए भी साढ़े कोई ऑबजेक्ट नहीं है साढ़े कोई ऑबजेक्ट तो फिफ्थ सेंटेंस है जी और पृष्ट नहीं सन तो ज़्यादा दल हो रही है दे आ गया जी वर हम यह नैगेटिव सेंटेंस है तो अं लिखा दे वर नॉट करप्ट करपट का मतलब तुम्हें पता हूं पृष्ट होंगे इसे तो ही करप्रिष्टाचार यह मकान वकाउ नहीं है नैगेटिव सेंटेंस है जी तो अखागे यह मकान सबजैक्ट हो गया दिस हाउस है इज नॉट फॉर सेल आ गया जी आंसर दिस हाउस इज नॉट फॉर सेल ਬਕਾਉ ਦੀ ਇੰਗਲਿਸ਼ ਤੁਹਾਨੂੰ ਪਤਾ ਹੈ ਸੇਲ ਹੁੰਦੀ ਹੈ ਇੱਥੇ ਦੇਖੋ ਇਹ ਸਾਡੀ ਫੇਰ ਦੁਆਰ ਤੋਂ ਲਿੰਕਿੰਗ ਵਰਬ ਆ ਗਈ ਇਹ ਸਾਡਾ ਸਬਜੈਕਟ ਹੋ ਗਿਆ ਇਸ ਦਾ ਸਾਰਾ ਕੰਪਲੀਮੈਂਟ ਹੋ ਗਿਆ ਬਿਲਕੁਲ ਉੱਪਰ ਜਿਵੇਂ ਕਰਪਟ ਜਿਹੜਾ ਹੈ ਇਹ ਮੋਡੀਫਾਈ ਕਰ ਰਿਹਾ ਹੈ ਦੇ ਨੂੰ ਤਾਂ ਉਹਦਾ ਰਜੈਕਟ ਹੋ ਗਿਆ ਐਡਜੈਕਟਿਵ ਹੋ ਗਿਆ ਰਾਜ ਕਿਸਾਨ ਨਹੀਂ ਸੀ ਰਾਜ ਸੀ ਆ ਗਿਆ ਜੀ ਪਾਸਟ ਅਸੀਂ ਆਵਾਜ਼ ਲਾਵਾਂਗੇ ਵਾਸ ਨਾਟ ਆ ਫਾਰਮਰ ਤਾਂ ਕਿਸਾਨ ਦੀ ਇੰਗਲਿਸ਼ ਫਾਰਮਰ ਹੁੰਦੀ ਹੈ ਜੀ ਅਸੀਂ ਇਹ ਲਿਖਤਾ ਹੁਣ ਫਾਰਮਰ ਦੇਖੋ ਨਾਉਨ ਹੋ ਗਿਆ ਰਾਜ ਹੋ ਗਿਆ ਉਸ ਨੂੰ ਉਹ ਲਿੰਕ ਕਰ ਰਿਹਾ ਹੈ ਕਿ ਰਾਜ ਕਿਸਾਨ ਨਹੀਂ ਸੀ ਤੇ ਇਥੇ ਵਾਸ ਲਿੰਕਿੰਗ ਵਰਬ ਹੋਗੀ ਕੀ 10 ਵਜੇ ਹਨ ਨਿਚਲੇ ਤਿੰਨ ਸੈਂਟੈਂਸ ਜੀ ਸਾਡੇ ਇੰਟਰਐਕਟਿਵ ਦੇ ਨੇ ਜੀ ਕੀ 10 ਵਜੇ ਹਨ ਤਾਂ ਕਿਉਂਕਿ ਕੁਐਸਚਨ ਪੁੱਛਿਆ ਜਾ ਰਿਹਾ ਹੈ ਤਾਂ ਅਸੀਂ ਜਿਹੜੀ ਮੇਨ ਵਰਬ ਹੈ ਮਤਲਬ ਕਿ ਲਿੰਕਿੰਗ ਵਰਬ ਅਸੀਂ ਉਸ ਨੂੰ ਅੱਗੇ ਲੈ ਕੇ ਆਵਾਂਗੇ ਇਜ਼ ਇਟ 10 o'clock ਤਾਂ ਅਸੀਂ ਇਥੇ टेन ओ कलोक पावे जी पर नीचे असं क्वेश्चन मार्क पाना कदम नहीं भूलांगे बिकॉज इट्स एन इंटरटिव सेंटेंस इट इज इट टेन ओ कलोक अगर जी कि तो पिता जी बहुत अमीर सन पास टेंस है इस करके असं जी मेन वर्ब है वो अगे लैके आवेंगे क्योंकि हूँ इतने पिता जी साढ़े एक क्वेश्चन नेता इस करके वॉज लैके आवेंगे वॉज योअर फादर ता रिच अमीर अमीर इंग्लिश की जी रिच तो अथे रिच पावे क्वेश्चन मार्क फिर यह आम रास्ता है तो आम रास्ता सी थरोफियर कह दें जी इंग्लिश तो अखागे इस ਤਾਂ ਇਸ ਤਰ੍ਹਾਂ ਸਾਡੇ ਬੱਚਿਓ ਇਹ ਸਾਰੀ ਐਕਸਰਸਾਈਜ਼ ਕੰਪਲੀਟ ਕਰ ਲਈ ਹੈ ਅ ਬੱਚਿਓ ਮੈਂ ਹੋਰ ਵੀ ਤੁਹਾਡੇ ਪਲੱਸ 2 ਦੇ ਬਹੁਤ ਸਾਰੇ ਜੋ ਟੈਕਸਚੁਅਲ ਤੁਹਾਡੀਆਂ ਤੁਹਾਡੇ ਚੈਪਟਰਸ ਨੇ ਉਹਨਾਂ ਤੇ ਮੈਂ ਵੀਡੀਓਜ਼ ਬਣਾਈਆਂ ਨੇ ਤਾਂ ਤੁਸੀਂ ਉੱਪਰ ਦਿੱਤੇ ਜਾ ਕੇ ਲਿੰਕ ਤੇ ਤੁਸੀਂ ਉਹ ਸਾਰੀ ਵੀਡੀਓਜ਼ ਦੇਖ ਸਕਦੇ ਹੋ ਅ ਮੈਨੂੰ ਉਮੀਦ ਹੈ ਕਿ ਅੱਜ ਦੀ ਜੋ ਤੁਹਾਨੂੰ ਮੈਂ ਗ੍ਰਾਮਰ ਦੀ ਇਹ ਵੀਡੀਓ ਬਣਾਈ ਹੈ ਇਹ ਤੁਹਾਨੂੰ ਬਹੁਤ ਅੱਛੀ ਲੱਗੀ ਹੋਵੇਗੀ ਜੇਕਰ ਫਿਰ ਵੀ ਤੁਹਾਡਾ ਕੋਈ ਕੋਈ ਕੁਐਸਚਨ ਹੈ ਤਾਂ ਤੁਸੀਂ ਮੈਨੂੰ ਉਹ ਵਟਸਐਪ ਤੇ ਪੁੱਛავਦੇ ਹਾਂ ਇਹ ਸਾਰੇ ਸੈਂਟੈਂਸਸ ਜ਼ਰੂਰ ਤੁਸੀਂ ਆਪਣੀਆਂ ਫੈਰ ਨੋਟਬੁੱਕਸ ਤੇ ਕਰ ਲੈਣੇ ਨੇ ਬਹੁਤ ਹੀ ਸੁੰਦਰ ਹੈਂਡਰਾਈਟਿੰਗ ਤੇ ਮਨੋਜ ਦੀਆਂ ਪਿਕਸ ਜ਼ਰੂਰ ਭੇਜ ਦੇਣੀਆਂ ਨੇ ਧੰਨਵਾਦ